ਹੈਲੋ ਮੇਰੇ ਪਿਆਰੇ ਵੀਰੋ, ਆਹ ਦੇਖੋ ਬਾਈ, ਜਿਹੜਾ ਸੇਬ ਆ ਸੇਬ ਦੇ ਉੱਤੇ ਹੁੰਦੀ ਆ ਇੱਕ ਇਸ ਤਰ੍ਹਾਂ ਦੀ ਪਰਤ ਚੜ੍ਹਾਈ ਜਿਸਦੇ ਨਾਲ ਸੇਬ ਖਰਾਬ ਨਹੀਂ ਹੁੰਦਾ। ਇਹ ਬਹੁਤ ਹੀ ਖਤਰਨਾਕ ਆ ਆਪਣੇ ਸਰੀਰ ਵਾਸਤੇ, ਕੈਂਸਰ ਵਰਗੀਆਂ ਬਿਮਾਰੀਆਂ ਇਹਨਾਂ ਦੇ ਨਾਲ ਲੱਗਣ ਦਾ ਪੂਰਾ ਪੂਰਾ ਡਰ ਹੁੰਦਾ। ਅਤੇ ਇਹ ਜਿਹੜਾ ਸੇਬ ਆ ਇਹਨੂੰ ਚੰਗੀ ਤਰ੍ਹਾਂ ਧੋ ਕੇ ਗਰਮ ਪਾਣੀ ਦੇ ਨਾਲ ਸਾਫ਼ ਕਰਕੇ ਖਾਣਾ ਚਾਹੀਦਾ। ਜੇ ਆਪਾਂ ਸਾਫ਼ ਨਹੀਂ ਕਰਦੇ ਤਾਂ ਇਹਦਾ ਬਹੁਤ ਹੀ ਮਾੜਾ ਨਤੀਜਾ ਹੋ ਸਕਦਾ। ਤੁਸੀਂ ਉਹਨੂੰ ਵੇਖ ਰਹੇ ਹੋ ਕਿ ਜਿਹੜਾ ਗਰਮ ਪਾਣੀ ਦੇ ਨਾਲ ਸ਼ਾਇਦ ਨਾ ਦਿਸੇ, ਜਿਹੜੀ ਗਰਮ ਪਾਣੀ ਦੇ ਵਿੱਚ ਮੋਟੀ ਜਿਹੀ ਜਿਵੇਂ ਆਪਣੀ ਕੋਈ ਤੈ ਮੋਮਬੱਤੀ ਹੁੰਦੀ ਜਿਵੇਂ ਆਪਣੀ ਉਸ ਤਰ੍ਹਾਂ ਜੰਮ ਚੁੱਕੀ ਹੈ। ਅਤੇ ਇਹ ਜਦ ਪਾਣੀ ਠੰਡਾ ਹੋਏਗਾ ਤੁਹਾਨੂੰ ਪਤਾ ਲੱਗ ਜਾਏਗਾ ਵੀ ਕੀ ਆ, ਸ਼ਾਇਦ ਤੁਹਾਨੂੰ ਦਿਸ ਵੀ ਜਾਵੇ। ਇਸ ਤਰ੍ਹਾਂ ਦਿਖਾਉਣਾ ਤੁਹਾਨੂੰ ਵੀ ਪਰ ਨਹੀਂ ਸਪਸ਼ਟ ਨਹੀਂ ਦਿਸ ਰਹੀ, ਫਿਰ ਵੀ ਚਲੋ ਕੋਸ਼ਿਸ਼ ਕਰਿਓ ਇਹਨੂੰ ਅੱਗੇ ਸ਼ੇਅਰ ਕਰਨ ਦੀ।